ਸਾਡੇ ਏ ਕਲਾਸ ਮਿਕਸ ਵੀਡੀਓ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਹੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਡਿਫਰੈਂਟ ਨਵੀਆਂ ਫਿਲਮਾਂ ਆ ਰਹੀਆਂ ਹਨ, ਉਸੇ ਤਰ੍ਹਾਂ ਹੀ ਸਾਡੀ ਪੰਜਾਬੀ ਫਿਲਮ ਇੰਡਸਟਰੀ ਗਰੋ ਕਰਦੀ ਜਾ ਰਹੀ ਹੈ। ਲਓ ਜੀ, ਹੁਣ ਸਾਨੂੰ ਸਭ ਨੂੰ ਇੰਟਰਟੇਨ ਕਰਾਉਣਗੇ ਆਪਣੀ ਨਵੀਂ ਫਿਲਮ ਦੇ ਨਾਲ ਨਵ ਬਾਜਵਾ। ਨਵ ਬਾਜਵਾ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਉਸ ਫਿਲਮ ਦਾ ਨਾਮ ਕਿੱਟੀ ਪਾਰਟੀ ਹੋਏਗਾ। ਇਸ ਫਿਲਮ ਨੂੰ ਰਿਟਨ ਅਤੇ ਡਾਇਰੈਕਟ ਨਵ ਬਾਜਵਾ ਦੁਆਰਾ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਫਿਲਮ ਨੂੰ ਜਗਜੀਤ ਸਿੰਘ ਆਰੀ ਪ੍ਰੋਡਿਊਸ ਕਰਨਗੇ। ਉਹਨਾਂ ਦੀ ਇਸ ਫਿਲਮ ਦੀ ਸ਼ੂਟਿੰਗ ਗੋਆ ਵਿੱਚ ਹੋ ਰਹੀ ਹੈ। ਸ਼ੂਟਿੰਗ ਦੇ ਦੌਰਾਨ ਦੀਆਂ ਕੁਝ ਫੋਟੋਆਂ ਵੀ ਸਾਡੇ ਨਾਲ ਸ਼ੇਅਰ ਕੀਤੀਆਂ ਹਨ। ਇਸ ਫਿਲਮ ਵਿੱਚ ਨਵ ਬਾਜਵਾ ਨਾਲ ਕੈਨਾਤ ਅਰੋੜਾ ਨਜ਼ਰ ਆਉਣਗੇ। ਇਹਨਾਂ ਦੋਨਾਂ ਤੋਂ ਇਲਾਵਾ ਇਸ ਫਿਲਮ ਵਿੱਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹਾਰਵੇ ਸਾਂਗਾ, ਰਾਣਾ ਰਣਵੀਰ, ਨੀਲੂ ਕੋਹਲੀ, ਨੀਤਾ ਦੇਵਗਨ ਅਤੇ ਉਪਾਸਨਾ ਸਿੰਘ ਵਰਗੇ ਸਟਾਰ ਨਜ਼ਰ ਆਉਣਗੇ। ਇਹ ਫਿਲਮ ਡਰਾਮਾ ਕਮੇਡੀ ਫਿਲਮ ਹੋਏਗੀ। ਪਹਿਲਾਂ ਇਹ ਫਿਲਮ 4 ਅਕਤੂਬਰ 2019 ਨੂੰ ਰਿਲੀਜ਼ ਕੀਤੀ ਜਾਣੀ ਸੀ, ਪਰ ਹੁਣ ਇਹ ਫਿਲਮ 22 ਨਵੰਬਰ 2019 ਨੂੰ ਰਿਲੀਜ਼ ਕੀਤੀ ਜਾਏਗੀ ਵਾਈਟ ਹਿੱਲ ਸਟੂਡੀਓਜ਼ ਵੱਲੋਂ। ਹੁਣ ਤੁਸੀਂ ਇਸ ਫਿਲਮ ਨੂੰ ਵੇਖਣ ਲਈ ਕਿੰਨੇ ਕੁ ਐਕਸਾਈਟਡ ਹੋ ਸਾਨੂੰ ਕਮੈਂਟ ਵਿੱਚ ਮੈਸੇਜ ਕਰਕੇ ਜ਼ਰੂਰ ਦੱਸਣਾ ਅਤੇ ਇਸ ਦੇ ਨਾਲ ਹੀ ਹੋਰ ਆਉਣ ਵਾਲੀਆਂ ਨਵੀਆਂ ਫਿਲਮਾਂ ਅਤੇ ਨਵੇਂ ਗਾਣਿਆਂ ਦੀ ਸਭ ਤੋਂ ਪਹਿਲਾਂ ਅਪਡੇਟ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਨਿਊ ਫਿਲਮ ਦੀ ਅਤੇ ਹਰ ਇੱਕ ਨਿਊ ਸੌਂਗ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।